ਸ੍ਰੀ ਕਾਲ ਜੀ ਮੈਸਰ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਗੱਲ ਕਰਾਂਗੇ ਅੱਜ ਦੇ ਇਤਿਹਾਸ ਬਾਰੇ ਸਾਲ 1913 ਈਸਵੀ ਇਹ ਭਾਰਤ ਲਈ ਇਤਿਹਾਸਿਕ ਸਾਲ ਸੀ ਪਹਿਲੀ ਵਾਰ ਕਿਸੇ ਭਾਰਤੀ ਵਿਅਕਤੀ ਨੂੰ ਨੋਬਲ ਪੁਰਸਕਾਰ ਮਿਲਿਆ ਉਸ ਵਿਅਕਤੀ ਦਾ ਨਾਂ ਰਬਿੰਦਰਨਾਥ ਟੈਗੋਰ ਸੀ ਜਿਨ੍ਹਾਂ ਦਾ ਜਨਮ ਅੱਜ ਦੇ ਦਿਨ 7 ਮਈ ਸਨ 1861 ਈਸਵੀ ਵਿੱਚ ਹੋਇਆ ਸੀ ਰਬਿੰਦਰਨਾਥ ਟੈਗੋਰ ਨੂੰ ਮਿਲਿਆ ਇਹ ਨੋਬਲ ਪੁਰਸਕਾਰ ਸਾਹਿਤ ਦੇ ਖੇਤਰ ਵਿੱਚ ਭਾਰਤ ਵੱਲੋਂ ਪ੍ਰਾਪਤ ਕੀਤਾ ਗਿਆ ਇੱਕੋ ਇੱਕ ਨੋਬਲ ਪੁਰਸਕਾਰ ਹੈ ਕਿਹਾ ਜਾਂਦਾ ਹੈ ਕਿ ਟੈਗੋਰ ਨੇ ਆਪਣੀ ਪਹਿਲੀ ਕਵਿਤਾ ਸਿਰਫ 8 ਸਾਲ ਦੀ ਉਮਰ ਦੇ ਵਿੱਚ ਲਿਖੀ ਸੀ ਉਸ ਦੀ ਪਹਿਲੀ ਛੋਟੀ ਕਹਾਣੀ 16 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਈ ਸੀ ਟੈਗੋਰ ਸ਼ਾਇਦ ਦੁਨੀਆ ਵਿੱਚ ਇਕੱਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਬਣਿਆ ਭਾਰਤ ਦਾ ਰਾਸ਼ਟਰੀ ਗੀਤ ਜਨ ਗਨ ਮਨ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਅਮਰ ਸonar ਬੰਗਲਾ ਟੈਗੋਰ ਦੀਆਂ ਰਚਨਾਵਾਂ ਹਨ ਰਬਿੰਦਰਨਾਥ ਟੈਗੋਰ ਨੇ ਆਪਣੇ ਜੀਵਨ ਕਾਲ ਵਿੱਚ 2200 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ ਰਬਿੰਦਰਨਾਥ ਟੈਗੋਰ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਉਨ੍ਹਾਂ ਦਾ ਜਨਮ 7 ਮਈ 1861 ਨੂੰ ਕੋਲਕਾਤਾ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਸਾਹਿਤਕ ਮਾਹੌਲ ਮਿਲਿਆ ਜਿਸ ਕਾਰਨ ਉਨ੍ਹਾਂ ਦੀ ਸਾਹਿਤ ਵਿੱਚ ਰੁਚੀ ਬਣੀ ਰਹੀ ਪਰਿਵਾਰ ਨੇ ਉਨ੍ਹਾਂ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਭੇਜਿਆ ਪਰ ਉੱਥੇ ਉਨ੍ਹਾਂ ਦੇ ਦਿਲਚਸਪੀ ਨਹੀਂ ਸੀ ਇਸ ਲਈ ਉਹ ਆਪਣੀ ਪੜ੍ਹਾਈ ਪੂਰੀ ਕੀਤੇ ਬਿਨਾਂ ਹੀ ਵਾਪਸ ਆ ਗਏ ਤੇ ਗੋੜ ਦਰਦੇ ਸਨ ਕਿ ਉਹਨਾਂ ਦੇ ਪਰਿਵਾਰ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਪਸੰਦ ਨਹੀਂ ਹੋਵੇਗਾ ਇਸ ਲਈ ਉਹਨਾਂ ਨੇ ਮੈਥਿਲੀ ਵਿੱਚ ਆਪਣੀ ਕਵਿਤਾ ਦੀ ਪਹਿਲੀ ਕਿਤਾਬ ਲਿਖੀ ਉਹਨਾਂ ਨੇ ਇਹ ਪੁਸਤਕ ਭਾਨੂੰ ਸਿੰਘ ਉਪਨਾਮ ਹੇਠ ਲਿਖੀ ਭਾਨੂੰ ਦਾ ਅਰਥ ਸੂਰਜ ਵੀ ਹੈ ਉਸ ਨੇ ਇਹ ਕਵਿਤਾਵਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੁਣਾਈਆਂ ਪਰਿਵਾਰ ਵਾਲੇ ਬਹੁਤ ਖੁਸ਼ ਹੋਏ ਇਸ ਤੋਂ ਬਾਅਦ ਗੁਰੂਦੇਵ ਨੇ ਬੰਗਾਲੀ ਵਿੱਚ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇੰਗਲੈਂਡ ਤੋਂ ਬੰਗਾਲ ਪਰਤਣ ਤੋਂ ਬਾਅਦ ਉਸਨੇ ਮਨੀ ਲਾਨੀਨੀ ਦੇਵੀ ਨਾਲ ਵਿਆਹ ਕਰਵਾ ਲਿਆ। ਗੁਰਦੇਵ ਦਾ ਮੰਨਣਾ ਸੀ ਕਿ ਕੁਦਰਤ ਦੇ ਸੰਗਤ ਵਿੱਚ ਰਹਿਣਾ ਹੀ ਅਧਿਆਨ ਕਰਨ ਦਾ ਸਭ ਤੋਂ ਉੱਤਮ ਤਰੀਕਾ ਹੈ। ਉਹਨਾਂ ਦੀ ਇਹੀ ਸੋਚ ਉਹਨਾਂ ਨੂੰ 1901 ਵਿੱਚ ਸ਼ਾਂਤੀ ਨਿਕੇਤਨ ਲੈ ਆਈ। ਇਥੇ ਉਹਨਾਂ ਨੇ ਖੁੱਲੇ ਵਾਤਾਵਰਨ ਵਿੱਚ ਰੁੱਖਾਂ ਏਠਾਂ ਪੜਾਉਣਾ ਸ਼ੁਰੂ ਕੀਤਾ। ਟੈਗੋਰ ਨੂੰ ਆਪਣੀ ਰਚਨਾ ਗੀਤਾਂਜਲੀ ਲਈ ਨੋਬਲ ਮਿਲਿਆ ਸੀ। ਗੀਤਾਂਜਲੀ ਮੂਲ ਰੂਪ ਵਿੱਚ ਬੰਗਾਲੀ ਵਿੱਚ ਲਿਖੀ ਗਈ ਸੀ। ਟੈਗੋਰ ਨੇ ਇਹਨਾਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਕੁਝ ਅਨੁਵਾਦਿਤ ਕਵਿਤਾਵਾਂ ਆਪਣੇ ਚਿੱਤਰਕਾਰ ਦੋਸਤ ਵਿਲੀਅਮ ਨਾਰਥਸਟਾਈਨ ਨਾਲ ਸਾਂਝੀਆਂ ਕੀਤੀਆਂ। ਵਿਲੀਅਮ ਨੂੰ ਕਵਿਤਾ ਬਹੁਤ ਪਸੰਦ ਸੀ ਉਹਨਾਂ ਨੇ ਇਹ ਕਵਿਤਾ ਮਾ ਪ੍ਰਸਿੱਧ ਕਵੀ ਡਬਲਯੂ ਬੀ ਯੇਟਸ ਨੂੰ ਪੜਨ ਲਈ ਦਿੱਤਾ ਉਹਨਾਂ ਨੇ ਇਹ ਕਵਿਤਾਵਾਂ ਵੀ ਪਸੰਦ ਕੀਤੀਆਂ ਅਤੇ ਗੀਤਾਂਜਲੀ ਪੁਸਤਕ ਪੜਨ ਲਈ ਵੀ ਕਿਹਾ ਹੌਲੀ ਹੌਲੀ ਗੀਤਾਂਜਲੀ ਪੱਛਮੀ ਸਾਹਿਤ ਜਗਤ ਵਿੱਚ ਮਸ਼ਹੂਰ ਹੋਣ ਲੱਗੀ ਅਖੀਰ ਸਨ 1913 ਈਸਵੀ ਵਿੱਚ ਉਹਨਾਂ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਉਹਨਾਂ ਨੇ 7 ਅਗਸਤ ਸਨ 1941 ਨੂੰ ਕੋਲਕਾਤਾ ਵਿੱਚ ਆਖਰੀ ਸਾਹ ਲਿਆ ਸਵੇਸੀ ਅੱਜ ਦਾ ਇਤਿਹਾਸ ਪੇਸ਼ਕਸ਼ ਦਰਸ਼ਨ ਸਿੰਘ ਦਰਸ਼ਨ